ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਤੁਸੀਂ ਸਾਰੇ ਵੀਡੀਓ ਸ਼ੇਅਰ ਕਰਦੇ ਹੋ ਤਾਂ ਬੇਨਤੀ ਆਏ ਨੇ ਪੋਜ਼ਿਟਿਵ ਵੀਡੀਓ ਹੈ ਨਾ, ਜਿੱਥੇ ਖੁਸ਼ੀਆਂ ਦੇ ਮੌਕੇ ਆ ਉਹ ਸਾਂਝਾ ਕਰਨਾ ਨਾ ਭੁੱਲਿਓ। ਮਾਤਾ ਨੂੰ ਲੈ ਕੇ ਆਏ ਸੀ ਨੰਗਲ, ਤੁਸੀਂ ਸਾਰੇ ਵੀਡੀਓ ਦੇਖੇ ਨੇ ਔਰ ਲਗਾਤਾਰ ਤੁਸੀਂ ਸ਼ੇਅਰ ਵੀ ਕੀਤਾ। ਮਾਤਾ ਦੀ ਕੱਲ੍ਹ ਲੱਤ ਦੀ ਕਟਿੰਗ ਹੋ ਗਈ ਹੈ ਔਰ ਮਾਤਾ ਦੀ ਸਿਹਤ ਆਪ ਦੇਖ ਲਓ ਕਿੰਨੀ ਜ਼ਿਆਦਾ ਵਧੀਆ ਹੋ ਚੁੱਕੀ ਹੈ। ਮਾਤਾ ਜੀ ਕਿਵੇਂ ਚੱਲ ਰਿਹਾ? ਵਧੀਆ ਚੱਲ ਰਿਹਾ, ਜਦ ਤੋਂ ਅਸੀਂ ਬੋਲਦੇ ਵੀ ਨਹੀਂ ਸੀਗੇ ਬਿਲਕੁਲ ਮਰਨ ਨੂੰ ਪਏ ਸੀ, ਹੈ ਨਾ। ਤੁਹਾਨੂੰ ਯਾਦ ਹੋਣਾ ਹੈ ਕਿਹਨਾਂ ਹਾਲਾਤਾਂ ਦੇ ਵਿੱਚ ਲੈ ਕੇ ਆਏ ਸੀਗੇ। ਬਸ ਉਸ ਅਕਾਲ ਪੁਰਖ ਦੀ ਬਹੁਤ ਬਹੁਤ ਮਿਹਰ ਆ। ਮਾਤਾ ਦਾ ਲੱਤ ਕੱਟ ਚੁੱਕੀ ਹੈ, ਐਂਪੂਟੇਟ ਹੋ ਕੇ, ਹੁਣ ਦੁਬਾਰਾ ਜ਼ਖਮ ਖਰਾਬ ਹੋ ਕੇ ਗੈਂਗਰੀਨ ਨਾ ਹੋ ਜਾਵੇ ਤਾਂ ਇਹ ਸੇਵਾ ਸਹਿਯੋਗ ਅਗਲੇ 2 ਤੋਂ 3 ਮਹੀਨੇ ਚੱਲੇਗਾ। ਉਸ ਤੋਂ ਬਾਅਦ ਨਕਲੀ ਲੱਤ, ਹੈ ਨਾ, ਆਰਟੀਫਿਸ਼ਲ ਲੈਗ ਵੀ ਲਵਾਈ ਜਾਏਗੀ। ਉਹ ਲਵਾ ਕੇ ਉਹਨੂੰ ਇਸਤੇਮਾਲ ਕਿਵੇਂ ਕਰਨਾ, ਫਿਜ਼ੀਓਥੈਰੇਪੀ ਸੈਸ਼ਨਸ ਹੋਣਗੇ ਇਹਨਾਂ ਦੇ, ਉਹ ਸਾਰਾ ਕੰਪਲੀਟ ਕਰਕੇ ਮਾਤਾ ਦੀ ਜੋ ਨੈਕਸਟ ਜ਼ਿੰਦਗੀ ਆ ਉਹ ਬਿਲਕੁਲ ਦੁਬਾਰਾ ਮੇਨ ਸਟ੍ਰੀਮ ਸੁਸਾਇਟੀ 'ਚ ਰੀਐਡਜਸਟ ਹੋ ਜਾਏਗੀ। ਸੋ ਇਹ ਸਾਰੀ ਸੇਵਾਵਾਂ ਇੱਥੇ ਲਗਾਤਾਰ ਚੱਲ ਰਹੀਆਂ ਨੇ। ਇਸ ਸਮੇਂ ਰਤਵਾੜੇ ਸੈਂਟਰ ਖੜ੍ਹੇ ਹਾਂ ਔਰ ਬਹੁਤ ਜਲਦੀ, ਹੈ ਨਾ, ਬਹੁਤ ਜਲਦੀ, ਯਾਨੀ ਆਉਣ ਵਾਲੇ ਸ਼ਨੀਵਾਰ ਔਰ ਐਤਵਾਰ, ਹੈ ਨਾ, ਸ਼ਿਫਟ ਕਰਨ ਲੱਗੇ ਆ ਨਵੀਂ ਬਿਲਡਿੰਗ ਦੇ ਵਿੱਚ, ਪਿੰਡ ਮਦਰ ਹੇੜੀ ਖਰੜ ਤੋਂ 4.5 ਕਿਲੋਮੀਟਰ ਨਾਲ ਹੈ। ਅਤੇ 4 ਤਰੀਕ ਨੂੰ ਓਪਨਿੰਗ ਹੈ, ਸਾਰਿਆਂ ਨੂੰ ਸੱਦਾ ਹੈ, ਨਾ, ਸੁਖਮਨੀ ਸਾਹਿਬ ਦਾ ਪਾਠ ਔਰ ਸੰਗਤ ਰੂਪ ਦੇ ਵਿੱਚ ਕੀਰਤਨ, ਔਰ ਰਤਵਾੜਾ ਸਾਹਿਬ ਤੋਂ ਬਾਬਾ ਹਰਪਾਲ ਜੀ ਸਾਰੇ ਸ਼ਿਰਕਤ ਕਰਨ ਲੱਗੇ ਨੇ। ਅਤੇ ਤੁਹਾਡੇ ਸੇਵਾ ਸਹਿਯੋਗ ਦੀ ਲੋੜ ਰਹੇਗੀ, ਨਾਲ ਸਾਥ ਨਿਭਾਇਓ। ਸ਼ਿਫਟਿੰਗ ਦੇ ਵਿੱਚ ਵੀ 28 ਔਰ 29 ਤਰੀਕ ਸ਼ਨੀਵਾਰ ਐਤਵਾਰ ਸ਼ਿਫਟਿੰਗ ਦੇ ਵਿੱਚ ਵੀ ਸਾਨੂੰ ਟਰੈਕਟਰ ਟਰਾਲੀਆਂ ਦੀ ਲੋੜ ਹੈ ਔਰ ਬਾਕੀ ਸਮਾਨ ਢੋਣ ਦੇ ਵਿੱਚ ਹੱਥੀ ਸੇਵਾ ਦੀ ਲੋੜ ਹੈ। ਸੋ ਬਿਲਕੁਲ ਸੇਵਾ ਨਿਭਾਇਓ ਜੇ ਆ ਸਕਦੇ ਹੋ, ਬਹੁਤ ਬਹੁਤ ਸ਼ੁਕਰਾਨਾ ਰਹੇਗਾ। ਸੋ ਇਹੀ ਬੇਨਤੀਆਂ ਨੇ ਜੀ।